ਹੁਣ ਬੱਸਾਂ ਵਾਲਿਆਂ ਨੇ ਹੜਤਾਲ ਕਰ ਰੱਖੀ ਹੈ, ਹੋਰ ਕਿੰਨੇ ਕਿੰਨੀਆਂ ਮਤਲਬ ਉਹ ਜਥੇਬੰਦੀਆਂ ਨੇ, ਕਿੰਨੇ ਉਹ ਸੰਸਥਾਵਾਂ ਨੇ ਜਿਹੜੇ ਹੜਤਾਲੇ ਬੈਠੇ? ਅੱਜ ਤੱਕ 7 ਮਹੀਨੇ ਦਾ ਸਮਾਂ ਹੋ ਗਿਆ ਸਰਕਾਰ ਬਣਿਆਂ ਨੂੰ, ਪਟਵਾਰੀ ਹੜਤਾਲ ਦੇ ਨੇ, ਵਾਧੂ ਚਾਰਜ ਕਹਿ ਕੇ ਕੰਮ ਨਹੀਂ ਕਰ ਰਹੇ ਹੈਗੇ, ਇੱਕ ਇਹ ਮਸਲਾ ਹੱਲ ਨਹੀਂ ਹੋਇਆ, ਹੁਣ ਬੱਸਾਂ ਵਾਲਿਆਂ ਨੇ ਹੜਤਾਲ ਕਰ ਰੱਖੀ ਹੈ, ਹੜਤਾਲ ਕੀਤੀ ਕਿਹਨੇ ਨਹੀਂ ਹੋਈ ਸੂਬੇ ਦੇ ਵਿੱਚ? ਬੱਸਾਂ ਵਾਲਿਆਂ ਦਾ ਤੇ ਜਿਹੜੇ ਹੋਰ ਤਨਖਾਹਾਂ ਨਹੀਂ ਮਿਲ ਰਹੀਆਂ ਜਾਂ ਮੁਲਾਜ਼ਮਾਂ ਦੀ ਭਰਤੀ ਨਹੀਂ ਹੋ ਪਾ ਰਹੀ, ਘਿਰੀ ਤਾਂ ਚਾਰੇ ਪਾਸੇ ਤੋਂ ਹੈਗੀ ਹੈ, ਸਰਕਾਰ ਤਨਖਾਹਾਂ ਨਹੀਂ ਰਿਲੀਜ਼ ਕਰ ਪਾ ਰਹੀ, ਸਰਕਾਰ ਤਾਂ ਜਿਹੜੀਆਂ ਤਨਖਾਹ ਆਈਆਂ ਨੇ ਉਹ ਰਿਲੀਜ਼ ਨਹੀਂ ਕਰ ਪਾ ਰਹੀ, ਚਾਰ ਚਾਰ ਛੇ ਛੇ ਮਹੀਨੇ ਹੋ ਗਏ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਦੇ ਪਾ ਰਹੇ, ਜਿਹੜੇ ਇਨਕਰੀਮੈਂਟ ਨੇ ਜਾਂ ਵਾਧੂ ਜਿਵੇਂ ਕੋਈ ਕਹਿੰਦਾ 6ਵਾਂ 7ਵਾਂ ਪੇ ਕਮਿਸ਼ਨ ਦੇ ਦਿਓ ਜੀ, ਫਲਾਣਾ ਕਰ ਦਿਓ ਜੀ, ਇਹਦਾ ਰੌਲੇ ਨੇ, ਕਿਸੇ ਨੇ ਕੁਛ ਨਹੀਂ ਕਰਨਾ। ਕੋਈ ਕਹਿੰਦਾ ਜੀ ਪੁਰਾਣੀ ਪੈਨਸ਼ਨ ਜੀ ਉਹ ਗੁਜਰਾਤ 'ਚ ਰੌਲਾ ਪਾਈ ਜਾਂਦੇ ਨੇ, ਹਿਮਾਚਲ 'ਚ ਰੌਲਾ ਪਾਈ ਜਾਂਦੇ ਨੇ, ਪਾਈ ਜਾਓ ਜਿੱਥੇ ਮਿਲੂਗਾ ਲੋਕ ਦੱਸਣਗੇ ਕਿ ਸਾਨੂੰ ਮਿਲਿਆ ਜਾਂ ਕੱਖ ਨਹੀਂ ਮਿਲਿਆ। ਉਹ ਗੱਲ ਉਹੀ ਆ ਜਾਂਦੀ ਕਿ ਸਟੇਟਮੈਂਟਾਂ ਦੇਣ ਨਾਲ ਤੁਸੀਂ ਬਚ ਨਹੀਂ ਸਕਦੇ, ਤੁਹਾਨੂੰ ਕੰਮ ਕਰਨੇ ਪੈਣਗੇ, ਅਫਸਰ ਤੁਹਾਡੀ ਗੱਲ ਸੁਣਨਗੇ ਤਾਂ ਜੇ ਤੁਹਾਡੇ 'ਚ ਕਾਬਲੀਅਤ ਹੋਊਗੀ, MLA ਤੁਹਾਡੇ ਕਾਬਲ ਨਹੀਂ ਹੈਗੇ ਗੱਲ ਮੰਨਣ ਯੋਗਾ, ਜਾਂ ਤਾਂ ਉਹਨਾਂ ਨੂੰ ਕੋਈ ਟ੍ਰੇਨਿੰਗ ਕੈਂਪ ਲਾ ਕੇ ਟ੍ਰੇਨਿੰਗ ਦਿੱਤੀ ਜਾਵੇ ਕਿ ਭਾਈ ਇੱਦਾਂ ਕੰਮ ਹੁੰਦੇ ਨੇ, ਇੱਦਾਂ ਬੋਲਬਾਣੀ ਹੁੰਦੀ ਹੈ, ਇੱਦਾਂ ਲੋਕਾਂ 'ਚ ਵਿਚਰਨਾ, ਇੱਦਾਂ ਅਫਸਰ ਤੋਂ ਕੰਮ ਲੈਣਾ। ਅਤੇ ਜੇ ਨਹੀਂ ਦੇ ਸਕਦੇ ਤਾਂ ਅਧਿਕਾਰੀਆਂ ਅਫਸਰਾਂ ਨੂੰ ਕਹੋ ਸਿੱਧੇ ਕੰਟੈਕਟ ਕਰਨ, ਜਿਹੜੇ ਤੁਹਾਡੇ ਆਪਣੇ ਵੱਡੇ ਲੀਡਰ ਰੱਖੇ ਹੋਏ ਨੇ ਤੁਸੀਂ ਜਾਂ ਦਿੱਲੀ ਦੀ ਕੋਈ ਟੀਮ ਰੱਖੀ ਹੋਈ ਹੈ, ਉਹਨਾਂ ਤੋਂ ਕੰਮ ਕਰਾਉਣੇ ਲੋਕਾਂ ਦੇ ਸ਼ੁਰੂ ਕਰੋ, ਤਨਖਾਹ ਰਿਲੀਜ਼ ਕਰੋ। ਆਪਾਂ ਨੇ ਬੱਸ ਵਾਲਿਆਂ ਨੇ ਵੀ ਹੁਣ ਅੱਜ ਨਵਾਂ ਆਹ ਰੋਡਵੇਜ਼ ਪੰਜਾਬ ਰੋਡਵੇਜ਼ ਵਾਲਿਆਂ ਦੇ ਧਰਨੇ ਲਾਏ ਹੋਏ ਨੇ, ਇੱਥੇ ਪਟਿਆਲੇ ਵੀ ਚੱਲ ਰਿਹਾ ਸੀਗਾ, ਬਟਾਲੇ ਮੋਗੇ ਬਹੁਤ ਵੱਡੇ ਲੈਵਲ 'ਤੇ ਚੱਲ ਰਿਹਾ। ਉਹ ਇੱਕ ਕੰਡਕਟਰ ਹੈ ਜਿਹੜਾ ਉਹ ਕਹਿੰਦੇ ਟਿਕਟਾਂ 'ਚ ਮਿਲੀ ਭੁਗਤਣ ਕਿ ਪ੍ਰਾਈਵੇਟ ਬੱਸਾਂ ਵਾਲਿਆਂ ਨਾਲ ਕਰਦਾ ਸੀਗਾ, ਉਹ ਫੜਿਆ ਗਿਆ ਅਤੇ ਉਹਨੂੰ ਹਟਾਇਆ ਗਿਆ ਜਾਂ ਨਹੀਂ ਹਟਾਇਆ, ਉਹ ਡਿਪਾਰਟਮੈਂਟ ਦਾ ਮੁੱਕਰ ਰਿਹਾ ਕਿ ਨਹੀਂ ਹਟਾਇਆ ਗਿਆ ਨੌਕਰੀ ਤੋਂ, ਪਰ ਉਹ ਕਹਿੰਦੇ ਹਟਾ ਤਾ ਜੀ ਬਹਾਲ ਕਰੋ। ਇਹ ਗੱਲ ਮੈਂ ਇੱਥੇ ਸਰਕਾਰ ਦੀ ਨਾਕਾਮੀ ਤਾਂ ਹੁੰਦੀ ਹੈ ਜਦੋਂ ਧਰਨਾ ਲੱਗਦਾ, ਦੂਜੀ ਗੱਲ ਜਦੋਂ ਸਖਤੀ ਵਰਤਦਾ ਨਾ, ਕੋਈ ਗਲਤ ਬੰਦੇ ਫੜੇ ਜਾਂਦੇ ਆ ਉਦੋਂ ਵੀ ਤਕਲੀਫ ਹੁੰਦੀ ਹੈ, ਉਦੋਂ ਵੀ ਧਰਨੇ ਲੱਗਦੇ ਨੇ। ਮੈਂ ਇੱਥੇ ਇਸ ਗੱਲ 'ਤੇ ਇਸ ਧਰਨੇ ਦੇ ਖਿਲਾਫ ਹੈਗਾ, ਕਿਉਂਕਿ ਇਹ ਗੱਲ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਕਿ ਸਰਕਾਰੀ ਬੱਸਾਂ ਵਾਲੇ ਨਾ ਤਾਂ ਸਵਾਰੀ ਚੱਕਦੇ ਨੇ ਅਤੇ ਨਾ ਹੀ ਸਵਾਰੀ ਦੇਖ ਕੇ ਖੁਸ਼ ਹੁੰਦੇ ਨੇ, ਔਰ ਪ੍ਰਾਈਵੇਟ ਬੱਸਾਂ ਨਾਲ ਇਹਨਾਂ ਦੀ ਮਿਲੀ ਭੁਗਤ ਹੁੰਦੀ ਹੈ, ਇਸ ਤੋਂ ਵੀ ਕੋਈ ਅਣਜਾਣ ਨਹੀਂ ਹੈਗਾ। ਇਹ ਸਭ ਗੱਲਾਂ ਦੇਖੀਆਂ ਹੋਈਆਂ ਨੇ, ਪ੍ਰਤੱਖ ਤੁਸੀਂ ਦੇਖ ਸਕਦੇ ਹੋ। ਇੱਕ ਰੂਟ ਹੈ ਜਿੱਥੇ ਸਰਕਾਰੀ ਬੱਸ ਜਾਂਦੀ ਹੈ ਖਾਲੀ ਖੜਕਦੀ ਜਾ ਰਹੀ ਹੈ, ਘਾਟੇ 'ਚ ਹੈ, ਪ੍ਰਾਈਵੇਟ ਬੱਸ ਵਾਲਾ ਉਸੇ ਰੂਟ 'ਤੇ ਦੂਜੀ ਬੱਸ ਲਾਉਣ ਨੂੰ ਤਿਆਰ ਬੈਠਾ, ਇਹ ਕਿਵੇਂ ਹੋ ਸਕਦਾ? ਅੱਛਾ, ਸਰਕਾਰੀ ਬੱਸਾਂ ਜਿਹੜੀਆਂ ਤੁਸੀਂ ਪਿਛਲੇ 10 ਸਾਲਾਂ ਦੀਆਂ ਬੱਸਾਂ ਨਵੀਆਂ 15 ਸਾਲਾਂ ਦੀਆਂ ਚੱਕ ਲਓ ਕਿ ਕਿੰਨੀਆਂ ਬੱਸਾਂ ਨਵੀਆਂ ਪਈਆਂ, ਕਿਹੜੀਆਂ ਕਿਹੜੀਆਂ ਪਈਆਂ ਨੇ, ਉਹਨਾਂ ਦੇ ਨੰਬਰ ਲੈ ਲਓ, ਉਹਨਾਂ ਦੀ ਹਾਲਤ ਦੇਖ ਲਓ। ਇਹ ਸਰਕਾਰੀ ਬੱਸਾਂ ਨੂੰ ਐਂ ਸਮਝਦੇ ਕਿ ਇਹ ਸਾਡਾ ਥੋੜ੍ਹੀ ਹੈ, ਇਹ ਤਾਂ ਅਸੀਂ ਤਾਂ ਜਵਾਈ ਹਾਂ। ਸਰਕਾਰੀ ਬੱਸਾਂ ਤੋੜਦੇ ਚਲੇ ਜਾਂਦੇ ਨੇ, ਡਰਾਈਵਰ ਇੰਨੀ ਰਫ ਡਰਾਈਵਿੰਗ ਕਰਦੇ ਨੇ। ਦੂਜੇ ਪਾਸੇ ਤੁਸੀਂ ਪ੍ਰਾਈਵੇਟ ਬੱਸਾਂ ਦੀ ਹਾਲਤ ਦੇਖ ਲਓ, 20-20 ਸਾਲ ਪੁਰਾਣੀਆਂ ਬੱਸਾਂ ਨਵੀਆਂ ਪਈਆਂ ਨੇ, ਚਮਕਾਈਆਂ ਹੁੰਦੀਆਂ ਨੇ, ਠੀਕ ਹੈ, ਬਚਾ ਕੇ ਚਲਾਉਂਦੇ ਨੇ ਅਤੇ ਸਾਂਭ ਕੇ ਰੱਖਦੇ ਨੇ। ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦੇਖ ਲਓ, ਪੰਜਾਬ ਰੋਡਵੇਜ਼ ਦੇ ਮੁਕਾਬਲੇ ਉਹਨਾਂ ਦੀ ਹਾਲਤ ਕਿਤੇ ਬਿਹਤਰ ਹੈ। ਇਹ ਬੱਸਾਂ ਤੋੜਨ ਨੂੰ 10 ਦਿਨ ਨਹੀਂ ਹੋਈ ਹੁੰਦੇ, ਨਵੀਂ ਬੱਸ ਆਈ ਉਹਨੂੰ ਤੁਸੀਂ ਦੇਖ ਲਓ, ਨਾ ਉਹਦੀਆਂ ਲਾਈਟਾਂ ਬੱਚ ਸਾਫ਼ ਹੁੰਦੀਆਂ ਨੇ, ਅੱਛਾ ਖਰੋਚਾਂ ਲੱਗੀਆਂ ਹੁੰਦੀਆਂ ਨੇ, ਬੁਰੇ ਹਾਲ ਨੇ, ਟੋਏ ਟਿੱਪੇ ਸਭ, ਬਿਲਕੁਲ ਕਿਲੋਮੀਟਰ ਪਹਿਲਾਂ ਅੱਗੇ ਰੋਕ ਦਿੰਦੇ ਨੇ, ਕਿਲੋਮੀਟਰ ਪਿੱਛੇ ਰੋਕਦੇ ਨੇ, ਸਵਾਰੀ ਚੱਕਦੇ ਨਹੀਂ ਹੈਗੇ, ਬਦਤਮੀਜ਼ੀ ਨਾਲ ਸਵਾਰੀਆਂ ਨਾਲ ਬੋਲਦੇ ਨੇ, ਇਹ ਤਾਂ ਹੈ ਹੀ ਹੈ ਇਹਨਾਂ ਦੀ ਹਾਲਤ। ਦੂਜਾ ਫੰਡ ਇਹਨਾਂ ਨੂੰ ਜਿੰਨੇ ਮਰਜ਼ੀ ਕਹਿ ਦਿਓ ਵੀ ਸਾਡਾ ਫੰਡ ਨਹੀਂ ਆਇਆ, ਜੇ ਮਾੜੀ ਮੋਟੀ ਗਲਤੀ ਕੋਈ ਰੋਕ ਵੀ ਦੇਵੇ, ਆ ਪਿੱਛੇ ਜੇ ਇੱਕ ਸਵਾਰੀ ਨਹੀਂ ਚੜਾ ਰਿਹਾ ਸੀਗਾ ਸਰਕਾਰੀ ਬੱਸ ਵਾਲਾ, ਮੋਟਰਸਾਈਕਲ ਅੱਗੇ ਲਾ ਕੇ ਰੋਕਿਆ ਨਾ ਉਹਨੇ ਬੰਦੇ ਨੇ, ਉਹ ਵੀ ਤੂੰ ਸਵਾਰੀ ਕਿਉਂ ਨਹੀਂ ਚੜਾ, ਐਂ ਲੰਮੀ ਕਰਕੇ ਸੜਕ 'ਤੇ ਜੋ ਬੱਸ ਲਾ ਤੀ, ਇਹ ਤਾਂ ਇਹਨਾਂ ਦੀ ਗੁੰਡਾਗਰਦੀ ਹੈ। ਸੋ ਜੇ ਇਹਨਾਂ ਨੂੰ ਪੁੱਛਿਆ ਜਾਵੇ ਵੀ ਤੁਸੀਂ ਭਾਈ ਸਰਕਾਰ ਨੇ ਤੁਹਾਨੂੰ ਨੌਕਰੀ ਦਿੱਤੀ ਆ, ਚਾਹੇ ਕਿਸੇ ਵੀ ਸਰਕਾਰ ਨੇ ਦਿੱਤੀ, ਆਮ ਆਦਮੀ ਪਾਰਟੀ ਦੀ ਗੱਲ ਛੱਡੋ, ਤੁਹਾਨੂੰ ਲੋਕਾਂ ਕਰਕੇ ਤਨਖਾਹ ਮਿਲ ਰਹੀ ਹੈ, ਤੁਸੀਂ ਲੋਕਾਂ ਨੂੰ ਹਰਾਸ ਕਰਦੇ ਹੋ ਅਤੇ ਸਰਕਾਰ ਨੂੰ ਤੁਸੀਂ ਪੈਸਾ ਦੇਣ ਦੀ ਬਜਾਏ ਪ੍ਰਾਈਵੇਟ ਬੱਸਾਂ ਵਾਲਿਆਂ ਤੋਂ ਪੈਸੇ ਖਾਂਦੇ ਹੋ। 5% ਜਾਂ 10% ਲੋਕ ਹੋਣਗੇ ਜਿਹੜੇ ਇਮਾਨਦਾਰੀ ਨਾਲ ਸਰਕਾਰੀ ਬੱਸਾਂ ਚਲਾ ਰਹੇ ਨੇ ਜਾਂ ਟਿਕਟਾਂ ਕੱਟ ਰਹੇ ਨੇ, 80-90% ਬੇਈਮਾਨੀ ਚੱਲ ਰਹੀ ਹੈ, ਇਹ ਠੀਕ ਹੈ। ਦੂਜੀ ਪਾਸੇ ਜੇ ਧਰਨਿਆਂ ਦੀ ਗੱਲ ਹੈ, ਜੇ ਕਿਸੇ ਨੂੰ ਪੱਕੇ ਕਰਨਾ ਜਾਂ ਨੌਕਰੀ ਦੇਣੀ ਹੈ, ਜੋ ਵਾਅਦਾ ਕਰਿਆ ਸੀ ਸਰਕਾਰ ਨੂੰ ਕਰਨਾ ਚਾਹੀਦਾ ਪੂਰਾ ਜੀ, ਇਹਦੇ ਵਿੱਚ ਵੀ ਕੁਝ ਵਾਅਦੇ ਪਹਿਲਾਂ ਨਾ ਕਰੋ, ਦੇਖ ਕੇ ਕਰਨੇ ਚਾਹੀਦੇ ਸੀ ਕਿ ਕਿਹਨਾਂ ਮੁਲਾਜ਼ਮਾਂ ਨੂੰ ਅਸੀਂ ਪੱਕੇ ਕਰਨ ਦਾ ਵਾਅਦਾ ਕਰਨਾ, ਕਿਹਨਾਂ ਨਾਲ ਅਸੀਂ ਭਰਤੀ ਦੀ ਗੱਲ ਕਰਨੀ ਹੈ। ਜੇ ਅੱਜ ਉਹ ਕਹਿੰਦੇ ਨੇ ਤੁਸੀਂ ਵਾਅਦਾ ਕਰਿਆ ਸੀ, ਜਦੋਂ ਉਹਦਾ ਤਾਂ ਯੂਨੀਅਨਾਂ 'ਚ ਜਾਂਦੇ ਨੇ, ਇਕੱਠਾਂ 'ਚ ਜਾਂਦੇ ਨੇ, ਕੋਈ ਬੁਲਾ ਲਏ ਕਹਿੰਦਾ ਵੀ ਹਾਂ ਪੱਕੇ ਕਰ ਦਾਂਗੇ, ਵੀ ਹੁਣ ਜੇ ਸਮਾਂ ਆਇਆ ਅਗਲੇ ਮੰਗ ਕਰਦੇ ਨੇ ਜੀ, ਬਿਲਕੁਲ ਤਕਲੀਫ ਹੁੰਦੀ ਹੈ। ਬਿਲਕੁਲ ਪਰਮਿੰਦਰ ਜੀ, ਅਗਲੀ ਖਬਰ ਲੈ ਲੈਂਦੇ ਹਾਂ। ਗੁਰਸਿਮਰਨ ਸਿੰਘ ਮੰਡ ਵਿਵਾਦਾਂ 'ਚ ਰਹਿੰਦੇ ਨੇ, ਹੁਣ ਗੋਲਡ ਲਿਬਰਾਡ ਵੱਲੋਂ ਧਮਕੀ ਦਿੱਤੀ, ਹੁਣ ਆਪਣੇ ਘਰ 'ਚ ਟਿੱਕੇ ਬਹਿ ਗਏ, ਅਤੇ ਦੂਜੇ ਪਾਸੇ ਪੁਲਿਸ ਦੀ ਨਫਰੀ ਲਾਈ ਹੋਈ ਹੈ ਸਕਿਉਰਿਟੀ ਲਈ।
ਆਹੀ ਗੱਲ ਮਾੜੀ ਮੰਨਦਾ ਜੀ, ਇਹ ਗੱਲ ਮਾੜੀ ਹੈ ਜਦੋਂ ਉਸ ਬੰਦੇ ਜਿਹੜਾ ਵੀ ਬੰਦਾ ਸਮਾਜ ਵਿਰੋਧੀ ਅੰਸਰ ਹੈ, ਜਿਸ ਬੰਦੇ ਦੇ ਬੋਲਾਂ ਨਾਲ ਸਮਾਜ ਵਿੱਚ ਖਲਾਅ ਪੈਦਾ ਹੋ ਰਿਹਾ, ਸਮਾਜ ਵੰਡਿਆ ਜਾ ਰਿਹਾ, ਗੈਰ ਕਾਨੂੰਨੀ ਜਿਹੜੇ ਆਪਾਂ ਕਹਿ ਸਕਦੇ ਹਾਂ ਗੈਰ ਸਮਾਜੀ ਅੰਸਰ ਜਾਂ ਸਮਾਜ ਵਿਰੋਧੀ ਅੰਸਰ, ਉਹ ਅੰਸਰ ਪਨਪਦੇ ਨੇ, ਉਹਨਾਂ ਅੰਸਰਾਂ ਨੂੰ ਕੰਮ ਕਰਨ ਦਾ ਮੌਕਾ ਮਿਲਦਾ, ਐਸੇ ਲੋਕਾਂ ਨੂੰ ਤਾਂ ਅੰਦਰ ਦੇਣਾ ਚਾਹੀਦਾ, ਤੁਸੀਂ ਰੱਖਿਆ ਕਰਨ ਲੱਗ ਨਹੀਂ। ਉਹਦੇ 'ਚ ਤਾਂ ਪਰਮਿੰਦਰ ਜੀ ਐਂ ਵੀ ਹੈ ਕਿ ਉਹ ਬੰਦਾ ਖਿਲਾਫ਼ ਬੋਲਦਾ ਸੀ, ਗੋਲਡੀ ਬਰਾੜ ਨੇ ਦਿੱਤੀ ਉਹਨੂੰ ਧਮਕੀ, ਅਤੇ ਇਹਨਾਂ ਨੇ ਆਪਣੀ ਨਫ਼ਰੀ ਲਾਤੀ, ਪੁਲਿਸ ਉੱਥੇ ਲਾਤੀ ਕਿ ਇਹਨੂੰ ਘਰ 'ਚ ਨਜ਼ਰਬੰਦ ਰੱਖੋ। ਜੇਕਰ ਸਰਕਾਰ ਦਿਮਾਗ ਨਾਲ ਚੱਲੇ ਥੋੜ੍ਹੀ ਜਿਹੀ, ਸਿਕਿਉਰਿਟੀ ਉੱਥੋਂ ਹਟਾ ਵੀ ਲਵੇ ਨਾ, ਉਹਨੇ ਤਾਂ ਵੀ ਘਰ ਤੋਂ ਬਾਹਰ ਨਹੀਂ ਨਿਕਲਣਾ ਹੈਗਾ। ਉਹ ਤਾਂ ਪਤਾ ਹੈ ਉਹਨੂੰ, ਜਦੋਂ ਉਹ ਬੰਦਾ ਦੇਖੋ ਸਰਕਾਰ ਤੋਂ ਪੁੱਛ ਕੇ ਬਿਆਨ ਦੇ ਰਿਹਾ ਉਹ ਬੰਦਾ, ਜਾਂ ਜਿਹੜੀਆਂ ਉਹ ਕਿਸੇ ਭਾਈਚਾਰੇ ਦੇ ਖਿਲਾਫ਼ ਕੋਈ ਵੀ ਬੰਦਾ, ਜਿਹਨਾਂ ਗੱਲ ਤਾਂ ਕਿ ਜਿਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਨੂੰ ਤੁਸੀਂ ਸਿਕਿਉਰਿਟੀ ਦੇ ਰਹੇ ਹੋ, ਮਸਲਾ ਤਾਂ ਇਹ ਹੈ ਸਾਰਾ। ਬਸ ਗੱਲ ਉਹੀ ਹੈ ਕਿ ਜਿਹਨਾਂ 'ਤੇ ਤੁਸੀਂ ਕਾਰਵਾਈ ਪਹਿਲਾਂ ਨਹੀਂ ਹੋਈ ਤਾਂ ਹੁਣ ਕਰੋ, ਕਿ ਤੂੰ ਸਿਕਿਉਰਿਟੀ ਮੰਗ ਰਿਹਾ ਤਾਂ ਕਿਹੜੇ ਵਿਹਾਬ 'ਤੇ ਮੰਗ। ਨਹੀਂ, ਮੰਡਣ ਜਦੋਂ ਮੰਡ ਆਪਣੀ ਦਸਤਾਰ ਲੈ ਕੇ ਰਾਜੀਵ ਗਾਂਧੀ ਦਾ ਬੁੱਤ ਸਾਫ਼ ਕਰਦਾ, ਉਹਨਾਂ ਨੂੰ ਪਤਾ ਇਸ ਗੱਲ 'ਤੇ ਪੰਜਾਬ 'ਚ ਕੀ ਮਾਇਨੇ ਨੇ। ਕਰਦਾ ਮੈਂ ਜਦੋਂ ਇਹ ਬੰਦੇ ਇਸ ਤਰ੍ਹਾਂ ਦੀਆਂ ਗਲਤ ਐਕਟੀਵਿਟੀਜ਼ ਕਰਦੇ ਨੇ, ਕਾਰਵਾਈਆਂ ਕਰਦੇ ਨੇ, ਉਦੋਂ ਨਹੀਂ ਯਾਦ ਹੁੰਦਾ ਕਿ ਸਾਨੂੰ ਕੁਛ ਭਾਈ ਖਤਰਾ ਹੋ ਸਕਦਾ, ਸਾਨੂੰ ਵੀ ਖਤਰਾ ਹੋ ਸਕਦਾ। ਤੁਸੀਂ ਕਿਸੇ ਦੀ, ਤੇਰੀ ਭਾਵਨਾ ਕੋਈ ਵੀ ਹੋਵੇ ਜੀ, ਪਰਸਨਲੀ ਹੋ ਸਕਦੀ ਹੈ, ਤੁਸੀਂ ਕਿਸੇ ਦੀ ਆਪਣੀ ਭਾਵਨਾ ਕਿਸੇ ਦੇ ਉੱਪਰ ਤਾਂ ਕਿਵੇਂ ਥੋਪ ਸਕਦੇ ਹੋ ਬਈ? ਤੁਸੀਂ ਜਦੋਂ ਜਾ ਕੇ ਕਿਸੇ ਇੱਕ ਇਕੱਠ ਨੂੰ, ਇੱਕ ਸਮੂਹ ਨੂੰ ਜਾ ਕੇ ਲਲਕਾਰਦੇ ਹੋ, ਤਾਂ ਸਮੂਹ ਦੇ ਵਿੱਚੋਂ ਕੋਈ ਵੀ ਬੰਦਾ ਭੜਕ ਸਕਦਾ ਹੈ, ਫਿਰ ਤੁਸੀਂ ਸਾਹਮਣਾ ਕਰੋ, ਫਿਰ ਸਾਹਮਣਾ ਕਰਨ ਵੇਲੇ ਹੋਰ ਸੁਣਦੇ ਹੋ, ਸਾਹਮਣਾ ਕਰਨ ਲੱਗੇ ਤੁਹਾਡੀ ਜਾਨ ਨਿਕਲਦੀ ਹੈ, ਪ੍ਰਾਣ ਨਿਕਲਦੇ ਨੇ, ਫਿਰ ਚੀਕਾਂ ਨਿਕਲਦੀਆਂ ਨੇ, ਫਿਰ ਸਿਕਿਉਰਿਟੀਆਂ ਮੰਗਦੇ ਫਿਰੀ ਜਾਂਦੇ ਹੋ ਜੀ। ਇਹ ਤਾਂ ਇਹਨਾਂ ਦੇ ਲੋਕਾਂ ਦੇ ਉਹ ਨੇ ਸਟੰਟ ਨੇ। ਉਹ ਤਾਂ ਮੰਡ ਸਾਹਿਬ ਪਹਿਲਾਂ ਕਹਿੰਦੇ ਸੀ ਕਿ ਜਦੋਂ ਸੂਰੀ ਸਾਹਿਬ ਮਾਰੇ ਗਏ, ਕਹਿੰਦੇ ਸੀ ਮੈਨੂੰ ਸਿਕਿਉਰਿਟੀ ਵਧਾਓ ਮੇਰੀ। ਉਹ ਆਹੋ ਇੱਕ ਹੋਰ ਆ ਅਮਿਤ, ਪਤਾ ਨਹੀਂ ਕੌਣ ਆ ਉਹ ਬੰਦਾ ਖਿਲਾਫ਼ ਬੋਲੀ ਜਾਂਦਾ ਵੀ ਤੁਹਾਨੂੰ ਦੱਸੋ ਕਿਸਨੇ ਅਧਿਕਾਰ ਦਿੱਤਾ ਬੋਲਣ ਦਾ, ਬੋਲਣ ਦਾ ਅਧਿਕਾਰ ਤੁਹਾਡੇ ਕੋਲ ਹੈ ਤਾਂ ਬਾਕੀਆਂ ਕੋਲ ਵੀ ਹੈਗਾ, ਫਿਰ ਬਾਕੀ ਜਦੋਂ ਬੋਲਦੇ ਨੇ ਫਿਰ ਤੁਹਾਡੀਆਂ ਚੀਕਾਂ ਨਿਕਲਦੀਆਂ ਨੇ, ਅਤੇ ਜਦੋਂ ਤੁਸੀਂ ਬੋਲਦੇ ਹੋ ਫਿਰ ਤੁਹਾਨੂੰ ਸਿਕਿਉਰਿਟੀ ਦੀ ਮੰਗ ਆ ਜਾਂਦੀ, ਤੁਹਾਨੂੰ ਸਿਕਿਉਰਿਟੀ ਨਾਲੇ ਕਹਿੰਦੇ ਅਸੀਂ ਸ਼ੇਰ ਜੰਮ 'ਤੇ, ਉਹ ਮੈਂ ਇੱਕ ਉਹਦੇ 'ਚ ਸੁਣ ਰਿਹਾ ਸੀ ਵੀਡੀਓ ਜੀ, ਕਹਿੰਦਾ ਮੈਨੂੰ ਹਜ਼ਾਰ ਗੱਲਾਂ ਆ ਗਈਆਂ, ਹਜ਼ਾਰ ਧਮਕੀਆਂ ਦੀਆਂ, ਪੱਤਰਕਾਰ ਪੁੱਛਦਾ ਕਹਿੰਦਾ ਵੀ ਕੀ ਬੋਲਿਆ ਯਾਰ ਤੁਹਾਨੂੰ ਤਾਂ ਧਮਕੀਆਂ ਆ ਰਹੀਆਂ, ਕਹਿੰਦਾ ਮੈਂ ਕਾਲਜ ਕਿਉਂ ਨਹੀਂ ਬਈ, ਲੈ ਦੱਸੋ ਹੱਦੋ ਵੀ ਸਿਕਿਉਰਿਟੀ ਪਹਿਲਾਂ ਮੰਗ ਲਈ। ਬਿਲਕੁਲ, ਵੀ ਤੁਹਾਨੂੰ ਜੇ ਧਮਕੀਆਂ ਦਾ ਡਰ ਹੈ, ਜੇ ਤੁਹਾਨੂੰ ਜਾਨ ਜਾਣ ਦਾ ਡਰ ਹੈ, ਤੁਸੀਂ ਇਹੋ ਜਿਹੇ ਕੰਮ ਕਿਉਂ ਕਰਦੇ ਹੋ? ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਇਹ? ਅਤੇ ਸਰਕਾਰ ਉਹਦੇ ਮੂਹਰੇ ਬੰਕਰ ਬਣਾ ਤੇ ਜੀ, ਦੱਸੋ ਮੰਡ ਦੇ ਘਰ ਦੇ ਮੂਹਰੇ ਕਹਿੰਦੇ ਬੰਕਰ ਬਣਾ ਤੇ ਜਿਹੜਾ ਉਹਦਾ ਖਾ। ਦੇਖੋ ਗੱਲ ਤਾਂ ਪਰਮਿੰਦਰ ਜੀ ਹੈ ਕਿ ਜਦੋਂ ਸਾਫ਼ ਥਰੈਟ ਸੀ, ਦਿੱਲੀ ਪੁਲਿਸ ਨੇ ਕਨਵੇ ਕੀਤਾ ਸੀ ਆਹ ਮੈਸੇਜ ਪੰਜਾਬ ਪੁਲਿਸ ਨੂੰ ਕਿ ਸਿੱਧੂ ਮੂਸੇਵਾਲੇ 'ਤੇ ਹਮਲਾ ਹੋਊਗਾ, ਤੁਸੀਂ ਅਲਰਟ ਹੋ ਜਾਓ, ਉਦੋਂ ਤੁਸੀਂ ਸਿਕਿਉਰਿਟੀ ਵਾਪਸ ਲੈ ਲਈ, ਜਿਹਨੂੰ ਸਿਕਿਉਰਿਟੀ ਡਬਲ ਦੇਣੀ ਬਣਦੀ ਸੀ, ਜਿਸ ਬੰਦੇ ਦੀ ਰੱਖਿਆ ਕਰਨੀ ਬਣਦੀ ਸੀ, ਅਤੇ ਹੁਣ ਤੁਸੀਂ ਐਵੇਂ ਤੁਰੀ ਫਿਰਦੇ ਹੋ। ਗੱਲ ਤਾਂ ਇਹ ਹੈ ਨਾ ਕਿ ਤੁਹਾਨੂੰ ਪਤਾ ਹੀ ਨਹੀਂ ਹੈਗਾ ਇਸ ਗੱਲ ਦਾ ਕਿ ਅਸੀਂ ਕਿੱਥੇ ਕਰਨਾ ਕੀ ਹੈ। ਦੇਖੋ ਸਭ ਤੋਂ ਪਹਿਲਾਂ ਸਿਕਿਉਰਿਟੀ ਤਾਂ ਆਮ ਆਦਮੀ ਦੀ ਹੋਣੀ ਚਾਹੀਦੀ ਹੈ, ਆਮ ਬੰਦੇ ਦੀ ਹੋਣੀ ਚਾਹੀਦੀ ਹੈ, ਜਿਹਦੇ ਘਰੇ ਡਾਕਾ ਪੈ ਜਾਂਦਾ ਹੈ ਜੀ, ਜਿਹਦੇ ਇੱਕ ਗਰੀਬ ਬੰਦਾ ਪਤਾ ਨਹੀਂ ਮਸਾਂ ਪੈਸੇ ਤੋਂ ਜੋੜ ਤੋੜ ਕਰਕੇ ਕੋਈ ਆਪਣੇ ਘਰਦਿਆਂ ਨੂੰ ਕੋਈ ਸੋਨੇ ਦੀ ਚੀਜ਼ ਬਣਾ ਕੇ ਦਿੰਦਾ, ਉਹਦੇ ਗੜੀ ਦੇ ਵਿੱਚ ਬੈਠੇ ਉਹਦੀ ਮਾਂ ਤੋਂ ਜਾਂ ਉਹਦੀ ਭਰਜਾਈ ਘਰ ਵਾਲੀ ਭੈਣ ਦੇ ਗਲੋਂ ਕੋਈ ਚੇਨੀ ਖੋ ਕੇ ਭੱਜ ਜਾਂਦਾ, ਉਹਨਾਂ ਦੀ ਸਿਕਿਉਰਿਟੀ ਕੌਣ ਕਰੂਗਾ? ਜਿਹਨਾਂ ਦਾ ਕਸੂਰ ਹੈ ਕੋਈ ਨਹੀਂ, ਮਿਹਨਤ ਕਰਕੇ ਅਗਲਿਆਂ ਨੇ ਕਮਾਈ ਹੈ ਯਾਰ, ਉਹ ਜੀ ਉਹਨਾਂ ਦੀ ਸਿਕਿਉਰਿਟੀ ਵਾਸਤੇ ਤੁਹਾਡੇ ਕੋਲ ਨਫ਼ਰੀ ਨਹੀਂ ਹੈਗੀ, ਸਾਡੇ ਕੋਲ ਪੁਲਿਸ ਮੁਲਾਜ਼ਮ ਨਹੀਂ ਹੈਗੇ, ਆਪ ਤੁਸੀਂ 200 ਨਹੀਂ, ਪੁਲਿਸ ਦਾ ਤੁਹਾਡਾ ਸਾਰਾ ਪ੍ਰਬੰਧ ਰੀਬਨ ਕੱਟਣ 'ਤੇ ਲੱਗਿਆ ਹੋਇਆ, ਸਿਕਿਉਰਿਟੀ ਤਾਂ ਉੱਥੇ ਹੈ। ਅਤੇ ਜਿਹੜੇ ਬੰਦੇ ਸਮਾਜ ਵਿੱਚ ਖਿਲਾਅ ਪੈਦਾ ਕਰਦੇ ਨੇ, ਜਿਹੜੇ ਬੰਦੇ ਖਤਰਾ ਬਣਦੇ ਨੇ ਸਮਾਜ ਲਈ, ਉਹਨਾਂ ਨੂੰ ਤੁਸੀਂ ਉਹਨਾਂ ਦੇ ਘਰ ਦੇ ਮੂਹਰੇ ਬੰਕਰ ਬਣਾ ਰਹੇ ਹੋ, ਉਹਨਾਂ ਨੂੰ Z22+ ਸਰਕਾਰ ਇੱਕ ਗੱਲ ਹੋਰ ਵੀ ਕਲੀਅਰ ਕਰੇ ਪਰਮਿੰਦਰ ਜੀ, ਇਹ ਇਹਨਾਂ ਦਾ MLA ਕਹਿੰਦਾ ਕਿ ਮੈਨੂੰ ਧਮਕੀ ਆਈ ਹੈ ਜਾਨੋਂ ਮਾਰਨ ਦੀ, ਹੁਣ ਉੱਥੇ ਤੁਹਾਡਾ ਕੀ ਫਰਜ਼ ਕੀ ਬਣਦਾ? ਉਸ ਨੂੰ ਬਚਾਉਣ ਦਾ ਫਰਜ਼ ਬਣਦਾ ਜਾਂ ਉਸ ਕੋਲ ਸਿਕਿਉਰਿਟੀ ਹੈਗੀ ਜਿਹੜੀ ਉਹ ਤੁਸੀਂ ਵਾਪਸ ਲੈ ਲਓ ਜੇਕਰ ਤੁਹਾਨੂੰ ਲੱਗਦਾ ਕਿ ਇਸ ਬੰਦੇ ਨੂੰ ਥਰੈਟ ਹੈ? ਸਿੱਧੂ ਮੂਸੇਵਾਲੇ ਕਤਲ ਚਾਹ ਕਿਉਂ ਨਹੀਂ ਹੋਇਆ ਹੈਗਾ? ਮਸਲਾ ਤਾਂ ਇਹ ਪੈਦਾ ਹੁੰਦਾ ਨਾ, ਸਾਰਾ ਸਵਾਲ ਹੈ ਜਿਹੜਾ। ਦੇਖੋ ਇਹ ਡਿਸਾਈਡ ਹੀ ਨਹੀਂ ਕਰ ਪਾ ਰਹੇ, ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਕਿ ਨਾ ਸਮਝ ਲੋਕਾਂ ਦੇ ਹੱਥ, ਫਿਰ ਅੱਧਾ ਪੰਜਾਬ ਮਰਵਾ ਦੇਣਗੇ? ਉਹ ਹੁਣ ਮੈਂ ਇਹਦੇ 'ਚ ਤਾਂ ਕੋਈ ਜਵਾਬ ਨਹੀਂ ਨਾ ਦੇ ਸਕਦਾ ਕੋਈ ਅੱਧਾ ਚਾਹੇ ਪੂਰਾ, ਗੱਲ ਤਾਂ ਇਹ ਹੈ ਕਿ ਹੁਣ ਜੇ ਤੁਸੀਂ ਹਾਲੇ ਵੀ ਨਾ ਸੰਭਲੇ ਹਾਲਾਤ ਤਾਂ ਵਿਗੜਨਗੇ ਹੀ ਨਾ। ਜੇਕਰ ਸੁਪਰੀਮ ਕੋਰਟ ਕੱਲ੍ਹ ਫੈਸਲਾ ਕਰ ਦੇਵੇ ਜਿਹੜੀ ਗੱਲ ਅਟਕੀ ਹੋਈ ਹੈ ਕਿ ਪੰਜਾਬ ਦੇ ਵਿੱਚ ਮੈਸੇਜ ਦਾ ਪਾਣੀ ਹਰਿਆਣਾ ਨਹੀਂ ਜਾਊਗਾ, ਕਿਵੇਂ ਸਾਂਭ ਲੈਣਗੇ ਇਹ ਘਟਨਾਵਾਂ ਸਾਂਭੀਆਂ ਜਾ ਰਹੀਆਂ ਇਹਨਾਂ ਤੋਂ? ਨਹੀਂ ਇਹਨਾਂ ਨੂੰ ਤਾਂ ਜੇ ਤੁਸੀਂ, ਮੈਂ ਸਿੰਪਲ ਦੀ ਗੱਲ ਕਰਾਂ ਨਾ, ਇਹਨਾਂ ਨੂੰ ਤੁਸੀਂ ਜਾ ਕੇ ਕਿਸੇ, ਪਹਿਲੀ ਤਾਂ ਗੱਲ ਇਹ ਕਿਸੇ ਬਿਆਨ ਨੂੰ ਦੇਣ ਨੂੰ ਤਿਆਰ ਨਹੀਂ, ਇਹਨਾਂ ਦੇ ਕੈਬਨਿਟ ਮਿਨਿਸਟਰ ਤੱਕ ਇਹਨਾਂ ਦੇ ਅਯੋਗ ਨੇ, ਠੀਕ ਹੈ, ਏਬਲ ਨਹੀਂ ਹੈਗੇ,
ਜੇ ਉਹ ਕੋਈ ਸਵਾਲ ਉਹਨਾਂ ਨੂੰ ਵੱਡੇ ਲੈਵਲ ਦਾ ਪੁੱਛ ਲਿਆ ਜਾਵੇ ਨਾ, ਪੰਜਾਬ ਦੇ ਕਿਸੇ ਵੱਡੇ ਮਸਲੇ 'ਤੇ ਉਹਨਾਂ ਦਾ, ਉਹਨਾਂ ਨੂੰ ਕਹਿ ਦਿਓ ਵੀ 5 ਮਿੰਟ ਤੁਸੀਂ ਆਪਣੇ ਬਿਆਨ ਦੇਣੇ ਨੇ, ਤੁਹਾਨੂੰ ਕੁਸ਼ਚਨ ਕੁਸ਼ਚਨਿੰਗ ਹੋਊਗੀ, ਹੁਣ ਕੁਸ਼ਚਨ ਹੋਣਗੇ, ਤੁਸੀਂ ਤਿਆਰੀ ਕਰੋ, 5 ਮਿੰਟ ਤੁਹਾਡੇ ਲਵਾਂਗੇ। ਅਤੇ ਉਹ ਭੱਜ ਲੈਣਗੇ, ਉਹ ਕੈਮਰੇ ਦਾ ਸਾਹਮਣੇ ਨਹੀਂ ਕਰ ਸਕਦੇ, ਉਹਨਾਂ ਨੂੰ ਪਤਾ ਹੀ ਕੁਛ ਨਹੀਂ ਹੈਗਾ। ਸੋ ਗੱਲ ਉਹੀ ਹੈ ਕਿ ਜਦੋਂ ਤੁਸੀਂ ਨਾ ਸਮਝ ਹੱਥਾਂ ਦੇ ਵਿੱਚ ਇੱਦਾਂ ਜਾਓਗੇ, ਜਿਹਨਾਂ ਲੋਕਾਂ ਨੂੰ ਤੁਸੀਂ ਅੰਦਰ ਦੇਣਾ ਉਹਨਾਂ ਨੂੰ ਸਿਕਿਉਰਿਟੀ ਵਧਾਓਗੇ, ਉਹੀ ਕੰਮ ਪਿਛਲੀਆਂ ਸਰਕਾਰਾਂ ਨੇ ਕਰਿਆ, ਉਹੀ ਤੁਸੀਂ ਕਰੋਗੇ, ਅਤੇ ਲੋਕਾਂ ਤੋਂ ਭੱਜੋਗੇ, ਲੋਕਾਂ ਦੀ ਹਿਫਾਜ਼ਤ ਨਹੀਂ ਕਰ ਸਕੋਗੇ, ਲੋਕਾਂ ਦੀ ਸੁਰੱਖਿਆ ਨਹੀਂ ਕਰ ਸਕੋਗੇ, ਲੋਕਾਂ ਨੂੰ ਵਧੀਆ ਪ੍ਰਸ਼ਾਸਨ ਨਹੀਂ ਦੇ ਸਕੋਗੇ, ਤਾਂ ਤੁਸੀਂ ਫੇਲੀਅਰ ਕਿਹਨੂੰ ਜਾਓਗੇ? ਸਟੇਟਮੈਂਟਸ ਦੇ ਆਧਾਰ 'ਤੇ ਤੁਸੀਂ ਕਿਤੇ ਵੀ ਆਪਣੇ ਮੱਥੇ 'ਤੇ ਠੀਕ ਹੋਣ ਦੀ ਮੋਹਰ ਨਹੀਂ ਲਵਾ ਸਕਦੇ। ਇੱਕ ਪਰਮਿੰਦਰ ਜੀ ਜਾਂਦਿਆਂ ਦੇ ਖਬਰ ਕਿ ਕੇਰਲਾ ਵਾਲੇ ਕਹਿੰਦੇ ਪੰਜਾਬ ਤੋਂ ਪਰਾਲੀ ਲੈਣੀ ਹੈ। ਅੱਛੀ ਗੱਲ ਆ, ਪਹਿਲਾਂ ਪਾਣੀ, ਹਰਿਆਣਾ ਪਾਣੀ ਕਹਿੰਦਾ, ਕੇਰਲਾ ਪਰਾਲੀ ਕਹਿੰਦਾ। ਜੇ ਦੇਖੋ, ਜੇ ਪੇ ਹੁੰਦਾ ਹੈ ਤਾਂ ਦੋਨੋਂ ਚੀਜ਼ਾਂ ਦੇਣ 'ਚ ਕੋਈ ਹਰਜ ਵੀ ਨਹੀਂ, ਜਿੰਨਾ ਕੁ ਵਾਧੂ ਪਾਣੀ ਲੱਗਦਾ ਕਿ ਅਸੀਂ ਦੇ ਸਕਦੇ ਹਾਂ ਅਤੇ ਮੁੱਲ ਖਰੀਦਣ ਨੂੰ ਕੋਈ ਤਿਆਰ ਆ। ਨਹੀਂ, ਗੱਲ ਤਾਂ ਦੇਣ ਨੂੰ ਵੀ ਇਹ ਹੁੰਦਾ ਕਿ ਇੱਕ ਤਾਂ ਹਵਾਈ ਗੱਲਾਂ ਹੁੰਦੀਆਂ, ਅਸੀਂ ਐਂ ਕਰ, ਦੂਜਾ ਤੁਸੀਂ ਕੁਛ ਮਤਲਬ ਪੇਸ਼ ਤਾਂ ਕਰੋ ਨਾ, ਜਿਹੜਾ ਆਹ ਕੰਮ ਹੈ ਇਹਦੀ ਆਹ ਪੋਲਿਸੀ ਹੈ, ਆਹ ਇਹਦਾ ਰੂਟ ਹੈ, ਆਹ ਇਹਦਾ ਰੋਡ ਮੈਪ ਹੈ, ਇੱਦਾਂ ਹੋਊਗਾ। ਰੋਡ ਮੈਪ ਤਾਂ ਬਣਾਉਣਾ ਪਏਗਾ, ਜੇ ਪੰਜਾਬ ਸਰਕਾਰ ਜ਼ਿੰਮੇਵਾਰੀ ਲੈਂਦੀ ਹੈ, ਗੰਭੀਰ ਹੈ ਵੀ ਪਰਾਲੀ ਸੜੇ ਨਾ, ਦੂਜਾ ਕਿਸਾਨ ਵੀ ਖੁਸ਼ ਹੋਣਗੇ ਕਿ ਉਹਨਾਂ ਦੇ ਖੇਤਾਂ ਦੀ ਜਿਹੜੀ ਉਪਜਾਊਪਣਾ ਉਹ ਬਚਿਆ ਰਹੇ, ਅੱਗ ਲਾ ਕੇ ਉਹ ਪ੍ਰਦੂਸ਼ਣ ਫੈਲਦਾ ਜਿਹੜਾ ਉਹਦਾ ਇਹਨਾਂ 'ਤੇ ਠੱਪਾ ਨਾ ਲੱਗੇ, ਕਲੰਕ ਨਾ ਲੱਗੇ ਕਿਸਾਨਾਂ ਦੇ ਮੱਥੇ 'ਤੇ। ਵੀ ਇਹ ਵੀ ਕਹਿਣਗੇ ਕਿ ਜੇ ਪਰਾਲੀ ਵਿਕਦੀ ਹੈ ਤਾਂ ਭੇਜੋ, ਰੋਡ ਮੈਪ ਜਲਦ ਤੋਂ ਜਲਦ ਤਿਆਰ ਕਰਕੇ ਬਾਹਰ ਜਨਤਕ ਕਰਨਾ ਚਾਹੀਦਾ। ਅਤੇ ਜੇ ਕੇਰਲਾ ਮੰਗਦਾ ਪਰਾਲੀ, ਜਿੰਨੀ ਮੰਗਦਾ, ਜਿੰਨੀ ਉਹਨਾਂ ਦੀ ਲਿਮਿਟ ਹੈ, ਜਿੰਨੀ ਕੁ ਯੋਗ ਮੰਗਦੇ ਨੇ ਵੀ ਉਹਨਾਂ ਨੂੰ ਇੰਨੀ ਕੁ ਖਰੀਦ ਸਕਦੇ ਨੇ, ਤਾਂ ਜ਼ਰੂਰ ਦੇਣੀ ਚਾਹੀਦੀ ਹੈ। ਦੁੱਧ ਦਾ ਉਤਪਾਦਨ ਜਿਹੜਾ ਹੈਗਾ ਉਹ ਦੂਜੇ ਨੰਬਰ 'ਤੇ ਆਉਂਦਾ ਕੇਰਲਾ, ਚਾਹੀਦਾ। ਅਤੇ ਜੇ ਚਾਹੀਦਾ ਤਾਂ ਤੁਹਾਡੇ ਕੋਲ ਹੈ ਵਾਧੂ ਹੈ, ਅਤੇ ਤੁਸੀਂ ਦੇਣ ਦੀ ਬਣਾਓ ਯੋਜਨਾ, ਤੁਸੀਂ ਤੁਰੰਤ ਇਹਦੇ 'ਤੇ ਕੰਮ ਹੋਣਾ ਚਾਹੀਦਾ, ਤੁਰੰਤ ਰੋਡ ਮੈਪ ਤਿਆਰ ਕਰਕੇ ਕੇਰਲ ਨੂੰ ਵੈਲਕਮ ਕਰਨਾ ਚਾਹੀਦਾ ਅਤੇ ਕਿਸਾਨਾਂ ਨੂੰ ਵੀ ਰਾਹਤ ਮਿਲੂ। ਜੀ ਬਿਲਕੁਲ, ਪਰਮਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਖਬਰ ਦੇ ਵਿਚਾਰ ਚਰਚਾ ਕਰਨ ਦੇ ਲਈ, ਧੰਨਵਾਦ। ਸ਼ੁਕਰੀਆ ਜੀ। ਜੀ ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪਰ, ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕਣ ਪੰਜਾਬੀ 'ਤੇ। ਧੰਨਵਾਦ।